ਅਹੀਂ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਨੂੰ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰ ਰਹੇ ਹਾਂ ਜੀ ਅੱਜ ਤੋਂ ਹੋ ਰਹੇ ਨੇ 6 ਵੱਡੇ ਬਦਲਾਅ ਜਿਨ੍ਹਾਂ ਦਾ ਤੁਹਾਡੀ ਜੇਬ ਤੇ ਸਿੱਧਾ ਪਵੇਗਾ ਅਸਰ ਯਾਨੀ ਕਿ 2023 ਦੇ ਵਿੱਚ ਆਪਣੇ ਨਾਲ ਕਈ ਬਦਲਾ ਲੈ ਕੇ ਆਇਆ ਜੀ ਇਹ ਬਦਲਾ ਤੁਹਾਡੀ ਜੇਬ ਤੇ ਅਸਰ ਪਾਉਣਗੇ Maruti ਸੰਜੁਕੀ ਤੇ Hyundai ਸਮੇਤ ਹੋਰ ਕੰਪਨੀਆਂ ਦੇ ਵਾਹਨਾਂ ਦੀ ਖਰੀਦਦਾਰੀ ਕੱਲ ਤੋਂ ਮਹਿੰਗੀ ਹੋ ਗਈ ਹੈ ਜੀ ਤੁਹਾਨੂੰ ਸਮਾਰਤ ਸੇਵਿੰਗ ਸਕੀਮ ਦੇ ਵਿੱਚ ਨਿਵੇਸ਼ ਤੋਂ ਪਹਿਲਾਂ ਜ਼ਿਆਦਾ ਵਿਆਜ ਮਿਲੇਗਾ 6 ਵੱਡੇ ਬਦਲਾਅ ਦੱਸ ਰਹੇ ਹਾਂ ਜੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ 25 ਰੁਪਏ ਵਾਧਾ ਹੋ ਗਿਆ ਹੈ ਜੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ 7 ਮਹੀਨਿਆਂ ਤੋਂ ਕੋਈ ਬਦਲਾਅ ਨਹੀਂ ਹੋਇਆ ਜੀ ਬੈਂਕ ਲੋਕਰ ਦੇ ਨਿਯਮਾਂ ਦੇ ਵਿੱਚ ਅੱਜ ਤੋਂ ਤਬਦੀਲੀ ਹੋ ਗਈ ਹੈ ਜੀ ਸਿਹਤ ਬੀਮੇ ਲਈ KYC ਜ਼ਰੂਰੀ ਆ ਪਹਿਲਾਂ ਹੋਈ KYC ਤੋਂ ਇਲਾਵਾ ਹੁਣ ਇੱਕ ਹੋਰ KYC ਦਸਤਾਵੇਜ਼ ਦੀ ਲੋੜ ਪਵੇਗੀ ਨਵੇਂ ਸਾਲ ਮੌਕੇ ਸ਼੍ਰੀ ਦਰਬਾਰ ਸਾਹਿਬ 'ਚ ਵੱਡੀ ਕੜਨਾ ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾ ਚੂਤਨਾਤ ਸੇਵਾਦਾਰਾਂ ਦੀ ਮੁਸਤੈਦੀ ਕਾਰਨ ਵਿਦਵਿਦਿਕ ਕੋਸ਼ਿਸ਼ ਨਾਕਾਮ ਕਰ ਦਤੀ ਹੈ ਦੁਪਹਿਰ ਸਮੇਂ ਇੱਕ ਵਿਅਕਤੀ ਨੂੰ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਸ਼ਰਾਬ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਲਾਜ਼ਾ ਤੋਂ ਪ੍ਰਕਰਮਾ ਤੱਕ ਜਾਂਦੀ ਲਿਫਟ ਵਿੱਚ ਨਾਲ ਜਾ ਰਹੇ ਇੱਕ ਸੇਵਾਦਾਰ ਨੇ ਉਕਤ ਦੀ ਹਰਕਤ ਤੇ ਸ਼ੱਕ ਪਿਆ ਤਾਂ ਉਸ ਨੂੰ ਤੁਰੰਤ ਕਾਬੂ ਕਰ ਲਿਆ ਉਸ ਉਕਤ ਵਿਅਕਤੀ ਨੂੰ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀ ਦੁਪਹਿਰ ਸਮੇਂ ਖਾਨਪੁਰ ਤੋਂ ਆਇਆ ਸੁਮਿਤ ਨਾਮਕ ਵਿਅਕਤੀ ਕੋਲ ਸ਼ਰਾਬ ਦਾ ਇੱਕ ਕੁਆਟਰ ਸੀ ਜੋ ਉਸ ਨੇ ਜੈਕਟ ਦੇ ਹੇਠਾਂ ਲੁਕੋਇਆ ਹੋਇਆ ਸੀ ਪ੍ਰਕਰਮਾ ਵਿੱਚ ਦਾਖਲ ਹੋਣ ਲਈ ਲਿਫਟ ਰਾਹੀਂ ਉਤਰ ਰਿਹਾ ਸੀ ਤਾਂ ਉਸ ਤੇ ਸ਼ੱਕ ਪੈਣ ਜਾਣ ਕਾਰਨ ਇੱਕ ਸੇਵਾਦਾਰਾਂ ਨੇ ਉਕਤ ਉਸ ਦੀ ਤਲਾਸ਼ੀ ਲੈ ਕੇ ਉਸ ਦੀ ਸ਼ਰਾਬ ਬਰਾਮਦ ਕਰ ਲਈ ਕੇਂਦਰੀ ਮੰਤਰੀ ਦੀ ਤਾੜਨਾ ਤੋਂ ਬਾਅਦ WhatsApp ਨੇ ਮੰਗੀ ਮਾਫੀ ਭਾਰਤ ਦਾ ਗਲਤ ਨਕਸ਼ਾ ਕੀਤਾ ਸੀ ਸ਼ੇਅਰ ਭਾਰਤ ਦਾ ਗਲਤ ਨਕਸ਼ਾ ਸਾਂਝਾ ਕਰਨ ਤੇ ਕੇਂਦਰੀ ਮੰਤਰੀ ਵੱਲੋਂ ਤਾੜਨਾ ਦਿੱਤੇ ਜਾਣ ਤੋਂ ਬਾਅਦ WhatsApp ਨੇ ਮਾਫੀ ਮੰਗੀ ਹੈ WhatsApp ਨੇ ਕਿਹਾ ਕਿ ਅਣਜਾਣੇ ਵਿੱਚ ਇਸ ਹੋਈ ਗਲਤੀ ਲਈ ਮਾਫੀ ਮੰਗਦਾ ਤੇ ਭਵਿਕ ਚਿਸਦਾ ਧਿਆਨ ਰੱਖੇਗਾ ਦਰ ਅਸਲ ਮੈਟਾ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ WhatsApp ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਚੋਂ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਗਿਆ ਸੀ ਵੀਡੀਓ ਵਿੱਚ ਜੰਮੂ ਕਸ਼ਮੀਰ ਦੇ ਹਿੱਸੇ ਨਾਲ ਛੇੜਛਾੜ ਕੀਤੀ ਸੀ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਰਜੀਵ ਚੰਦਰ ਸ਼ੇਖਰ ਨੇ ਵਟਸਐਪ 'ਤੇ ਇਸ ਕਾਰਵਾਈ ਲਈ ਤਾੜਨਾ ਕੀਤੀ ਸੀ ਤੇ ਵੀਡੀਓ ਨੂੰ ਠੀਕ ਕਰਨ ਲਈ ਕਿਹਾ ਸੀ ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੀਤੇ ਵੱਡੇ ਐਲਾਨ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚਾਹੇਂਦਾ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਮੌਕੇ ਆਪਣੀ ਜਨਮ ਭੂਮੀ ਪਿੰਡ ਸਤੋਜ ਵਿੱਚ ਨਤਮਸਤਕ ਹੋਣ ਪਹੁੰਚੇ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀ ਲੀਤ ਤੇ ਤੋਰਨ ਲਈ ਸਿਹਤ ਸਿੱਖਿਆ ਤੇ ਰੋਜ਼ਗਾਰ ਨੂੰ ਪ੍ਰਮੁੱਖਤਾ ਦੇਣ ਲਈ ਵਿਸ਼ੇਸ਼ ਕਾਰਜ ਤੇ ਉਪਰਾਲੇ ਕੀਤੇ ਜਾ ਰਹੇ ਨੇ ਜਲਦੀ ਹੀ ਸਰਕਾਰ ਵੱਲੋਂ ਆਪਣੀ 1 ਸਾਲ ਦੀ ਕਰ ਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੀ ਸਿਹਤ ਸਹੂਲਤਾਂ ਲਈ ਪਿੰਡ ਅਤੇ ਸ਼ਹਿਰਾਂ ਵਿੱਚ ਹੋਰ ਨਵੇਂ ਮਹੱਲਾ ਕਲੀਨਿਕ ਖੋਲੇ ਜਾਣਗੇ ਭਗਵੰਤ ਮਾਨ ਨੇ ਕਿਹਾ ਜੀ ਵੇਲਾ ਮਨ ਸ਼ੈਤਾਨ ਦਾ ਕਾਰ ਹੁੰਦਾ ਤੇ ਸਾਡੇ ਲਈ ਵੀ ਗੈਰ ਸਮਾਜਿਕ ਤਾਕਤਾਂ ਸਾਡੀ ਨੌਜਵਾਨ ਪੀੜੀ ਨੂੰ ਭੜਕਾਉਣ ਲੱਗੀਆਂ ਨੇ ਉਹਨਾਂ ਨੇ ਕਿਹਾ ਕਿ ਨਿੰਦਿਆ ਚੁਗਲੀ ਕਰਨ ਵਾਲਿਆਂ ਨੂੰ ਕੋਈ ਵੀ ਨਹੀਂ ਪੁੱਛਦਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ 'ਚ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਐਜੂਕੇਸ਼ਨ ਅਲਰਟ ਸਿੱਖਿਆ ਵਿਭਾਗ ਪੰਜਾਬ ਨੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਤਰੀਕ ਐਲਾਨੀ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ 343 ਅਸਾਮੀਆਂ ਲਈ ਲਿਖਤੀ ਪ੍ਰੀਖਿਆ 19 ਸਾਤੇ 22 ਮਾਰਚ 2023 ਨੂੰ ਲੈਣ ਦਾ ਐਲਾਨ ਕੀਤਾ ਸਾਂਝੇ ਵੇਰਵੇ ਸਾਂਝੇ ਕਰਦੇ ਹਾਂ ਡਾਇਰੈਕਟੋਰੇਟ ਸਿੱਖਿਆ ਭਰਤੀ ਸੈੱਲ ਪੰਜਾਬ ਨੇ ਕਿਹਾ ਹੈ ਕਿ ਪ੍ਰੀਖਿਆ ਦਾ ਸਮਾਂ ਤੇ ਕੇਂਦਰਾਂ ਦਾ ਸਥਾਨ ਬਾਅਦ ਵਿੱਚ ਦੱਸੇ ਜਾਣਗੇ ਦੱਸ ਦਈਏ ਕਿ ਲੈਕਚਰਾਰਾਂ ਦੀਆਂ ਅਸਾਮੀਆਂ ਵਾਸਤੇ ਪਹਿਲਾਂ 16 ਦਸੰਬਰ 2022 ਤੇ ਬਾਅਦ ਵਿੱਚ ਦਫਤਰੀ ਵੈੱਬਸਾਈਟ ਤੇ ਵਿਸਥਾਰ ਨਾਲ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਅੱਜ ਤੋਂ ਰੀਟ ਰਿਟਰੀਟ ਸੈਰੇਮਨੀ ਲਈ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ ਸਲਾਨੀਆਂ ਦਾ ਬਚੇਗਾ ਸਮਾਂ ਨਵੇਂ ਸਾਲ ਦੇ ਪਹਿਲੇ ਦਿਨ ਭਾਰਤ-ਪਾਕਿਸਤਾਨ ਸਰਹੱਦ ਤੇ ਜੀਸੀਪੀ ਅਟਾਰੀ ਵਿਖੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੀ ਬੀਟਿੰਗ ਦਾ ਰਿਟਰੀਟ ਸਮਾਰੋਹ ਲਈ ਨਵੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੇਅਰ ਕਰ ਦਿੱਤੀ ਗਈ ਹੈ ਜੀ ਸ਼ੁਰੂ ਹੋਗੀ ਹੈ ਭਾਰਤ ਪਹਿਲੀ ਕਤਾਰ ਚ ਬੈਠੇ ਦੇਸ਼-ਦੇਸ਼ ਇਤਿਹਾਸਿਕ ਸਮਾਰੋਹ ਨੂੰ ਦੇਖਣ ਲਈ ਸਲਾਨੀਆਂ ਨੂੰ ਹੁਣ ਬੀਐਸਐਫ ਦੇ ਹੈੱਡਕੁਆਰਟਰ ਤੇ ਰਜਿਸਟ੍ਰੇਸ਼ਨ ਕਰਵਾਣੀ ਹੋਵੇਗੀ ਕਲਿਕ ਕਰਕੇ ਸਲਾਨੀ ਆਪਣੇ ਪਰਿਵਾਰ ਲਈ ਵੀਆਈਪੀ ਸੀਟ ਲਈ ਰਜਿਸਟਰਡ ਕਰ ਸਕੇਗਾ ਬੀਐਸਐਫ ਹੈੱਡਕੁਆਟਰ ਕਾਸਾ ਡੀਆਈਜੀ ਸੰਜੀ ਗੋੜ ਨੇ ਕਿਹਾ ਕਿ ਸਾਈਟ ਤੇ ਰਜਿਸਟਰ ਹੋਣ ਨਾਲ ਸਲਾਨੀਆਂ ਦਾ ਸਮਾਂ ਬਚੇਗਾ ਉਹਨਾਂ ਨੂੰ ਨੰਬਰ ਲੈਣ ਲਈ ਰਸਤੇ ਦੇ ਵਿੱਚ ਨਹੀਂ ਰੁਕਣਾ ਪਵੇਗਾ ਨਵੇਂ ਸਾਲ ਤੇ ਭਗਵੰਤ ਮਾਨ ਸਰਕਾਰ ਦੇ ਸਕਦੀ ਆ ਵੱਡਾ ਤੋਹਫਾ ਮਹਿਲਾਵਾਂ ਨੂੰ ਮਿਲਣਗੇ ਹਰ ਮਹੀਨੇ 1000 ਰੁਪਏ ਭਗਵੰਤ ਮਾਨ ਦੀ ਸਰਕਾਰ ਨਵੇਂ ਸਾਲ ਮੌਕੇ ਪੰਜਾਬੀਆਂ ਨੂੰ ਕਈ ਵੱਡੇ ਤੋਹਫੇ ਦੇ ਸਕਦੀ ਹੈ ਜੀ ਉਹਨਾਂ ਨੇ ਪੰਜਾਬੀਆਂ ਲਈ ਸਰਕਾਰ ਤੋਂ ਕਈ ਉਮੀਦਾਂ ਨੇ ਸਵਾਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸਰਕਾਰ ਪਹਿਲੇ ਸਾਲ ਵਿੱਚ ਇਹ ਵਾਅਦਾ ਪੂਰਾ ਨਹੀਂ ਕਰ ਸਕੀ ਪਰ 2023 ਦੇ ਵਿੱਚ ਇਹ ਵਾਅਦਾ ਪੂਰਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਇਸ ਸਾਲ ਦੇ ਬਜਟ ਵਿੱਚ ਐਲਾਨ ਨੂੰ ਲਾਗੂ ਕਰ ਸਕਦੀ ਹੈ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਨੂੰ ਨਵੇਂ ਸਾਲ ਵਿੱਚ ਤੀਜਾ ਅੰਤਰਰਾਸ਼ਟਰੀ ਹਵਾਈ ਏਡਾ ਬਣ ਜਾ ਰਿਹਾ ਲੁਧਿਆਣਾ ਦੇ ਹਲਵਾਰਾ ਵੀ ਇਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਨਵੇਂ ਸਾਲ ਦੇ ਪਹਿਲੇ ਦਿਨ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ ਨਵੇਂ ਸਾਲ ਦੇ ਪਹਿਲੇ ਦਿਨ ਐਲਪੀਜੀ ਦੀ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੂੰ ਝਟਕਾ ਲੱਗਾ ਜੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਇਹ ਵਾਧਾ 24 ਰੁਪਏ ਤੋਂ 25 ਰੁਪਏ 50 ਪੈਸੇ ਹੋਇਆ ਤੇ ਕਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਸਮਾਂ 2 ਹਫ਼ਤੇ ਲਈ ਹੋਰ ਵਧਾਇਆ ਜਾਵੇ ਨਿਰਮਲ ਦੋਸਤ ਕਿਸਾਨ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੂਟ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਕਿ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਠੱਡ ਚੀਰਵੀ ਠੰਡ ਪੰਜਾਬ ਚ ਪੈ ਰਹੀ ਆ ਸਵੇਰੇ ਸੰਘਣੀ ਧੁੰਦ ਪੈੜੀਆ ਜਿਸ ਕਾਰਨ ਜਨ ਜੀਵਨ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਨਿਰਮਲ ਦੋਸਤ ਨੇ ਆਪਣੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸੰਦਰਭ ਦੇ ਵਿੱਚ ਸਰਕਾਰ ਨੂੰ 2 ਹਫਤਿਆਂ ਦੇ ਲਈ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਬਿਲਕੁਲ ਬਾਉ ਸੜਕ ਹਾਦਸੇ ਵਾਪਰ ਰਹੇ ਨੇ ਮੌਸਮ ਦੇ ਵਿੱਚ ਸਕੂਲ ਪੜਨ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪਹੁੰਚਣ ਲਈ ਘਰਾਂ ਤੋਂ ਸਵੇਰੇ ਜਲਦ ਵਕਤ ਜਲਦੀ ਨਿਕਲਣਾ ਪੈਂਦਾ ਜਿਸ ਕਾਰਨ ਉਹਨਾਂ ਦੇ ਬਿਮਾਰ ਹੋਣ ਦਾ ਡਰ ਹੈ। ਵੱਡੀ ਖਬਰ ਹੈ ਜੀ ਸੰਦੀਪ ਸਿੰਘ ਨੇ ਖੇਡ ਮੰਤਰੀ ਦਾ ਅਹੁਦਾ ਛੱਡਿਆ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਆਪਣਾ ਛੋਡਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ ਆਪਣਾ ਮਹਿਕਮਾ ਸੀਐਮ ਹਰਿਆਣਾ ਨੂੰ ਸੌਂਪਦੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਐਕਸ ਨੂੰ ਖਰਾਬ ਕਰਨ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਮੈਂ ਖੇਡ ਵਿਭਾਗ ਦੇ ਜੂਨੀਅਰ ਕੋਚ ਵੱਲੋਂ ਲਾਏ ਗਏ ਝੂਠੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣਾ ਚਾਹੁੰਦਾ ਹਾਂ ਜਾਂਚ ਰਿਪੋਰਟ ਆਉਣ ਤੱਕ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਰਿਹਾ ਹਾਂ ਤਿੰਨ ਮਹੀਨੇ ਵਿੱਚ 60 ਲੱਖ ਰੁਪਏ ਦਾ ਖਾਣਾ ਸਰਕਾਰੀ ਖਰਚੇ ਤੇ ਪੁੱਤ ਦਾ ਵਿਆਂ ਕੀ ਹਨ ਚੰਨੀ ਦੇ ਇਲਜ਼ਾਮ ਤੇ ਉਹਨਾਂ ਦੇ ਜਵਾਬ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਚੰਨੀ ਵਿਦੇਸ਼ ਚਲੇ ਗਏ ਸਨ ਤੇ ਹਾਲੀ ਦੇ ਵਿੱਚ ਪਰਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਾਂਗਰਸ ਆਗੂ ਚਰਨਜੀਤ ਚੰਨੀ ਦੇ ਭ੍ਰਸ਼ਟਾਚਾਰ ਤੇ ਕਪਲੇਬਾਜੀ ਦੇ ਇਲਜ਼ਾਮ ਨੇ ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਭੰਸ ਸਿੰਘ ਵੰਟੀ ਰਮਾਣਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਕਿ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ਵਿਛਲੇ ਹੋਏ ਇੱਕ ਧਾਰਮਿਕ ਸਮਾਗਮ ਵਿੱਚੋਂ ਪੈਸਿਆਂ ਦਾ ਜੁਗੜ ਕਰਕੇ ਆਪਣੇ ਪੁੱਤਰ ਦੇ ਵਿਆਹ ਤੇ ਖਰਚ ਕੀਤਾ ਹੈ। ਉਹਨਾਂ ਨੇ ਇਹ ਦਾਵਾ ਕੀਤਾ ਕਿ ਬਤੌਰ ਮੁੱਖ ਮੰਤਰੀ ਦੇ 3 ਮਹੀਨੇ ਉਹਨਾਂ ਦੀ ਸਰਕਾਰ ਦੌਰਾਨ ਉਹਨਾਂ ਦੇ ਖਾਣੇ ਦਾ ਬਿੱਲ 6 ਲੱਖ ਰੁਪਏ ਦਾ ਸੀ ਇਹਨਾਂ ਸਾਰੇ ਇਲਜ਼ਾਮਾਂ ਤੇ ਆਪਣਾ ਪੱਖ ਰੱਖਦੇ ਆਂ। ਚੰਨੀ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਖਿਲਾਫ ਸੌਤੀ ਸਮਝੀ ਸਾਜ਼ਿਸ਼ ਹੋ ਰਹੀ ਹੈ। ਚੰਨੀ ਨੇ ਆਪਣੇ ਬਚਾਅ ਵਿੱਚ ਹੋਰ ਕੀ ਕੀ ਕਿਹਾ ਉਹਨਾਂ ਤੇ ਜਾਣਨ ਲਈ ਤੁਸੀਂ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮ ਲਾਇਆ ਕਿ 3 ਮਹੀਨਾ ਦੌਰਾਨ ਕਾਰਜਕਾਲ ਦੌਰਾਨ ਚੰਨੀ ਨੇ ਭ੍ਰਸ਼ਟਾਚਾਰ ਰੱਜ ਕੇ ਕੀਤਾ ਹੈ ਉਹ ਹਰ ਰੋਜ਼ 517 ਹੋਟਲ ਤਾਜ ਤੋਂ 70 ਬੰਦਿਆਂ ਦਾ ਖਾਣਾ ਸੀਐਮ ਹਾਊਸ ਆਉਂਦਾ ਰਿਹਾ ਹੈ 2500 ਰੁਪਏ ਪ੍ਰਤੀ ਲੀਟਰ ਵਾਲਾ ਜੂਸ ਪੀਂਦੇ ਰਹੇ ਨੇ ਤੇ 4000 ਰੁਪਏ ਦੀ ਪਲੇਟ ਵਾਲਾ ਖਾਣਾ ਖਾਂਦੇ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਨਿਵਾਸੀ ਰਜਿੰਦਰ ਸਿੰਘ ਦੁਆਰਾ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਆ ਉਹਨਾਂ ਨੇ ਬੜੀ ਰਿਸਰਚ ਕਰਕੇ ਡੇਟਾ ਕੱਢ ਕੇ ਲਿਆਂਦਾ ਤੇ ਸ਼ਿਕਾਇਤ ਦਰਜ ਕਰਵਾਈ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਪੰਜਾਬ ਸਰਕਾਰ ਨੇ 9399 ਏਕੜ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 2022 ਦੌਰਾਨ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਵਾਣਾ ਅਤੇ ਸ਼ਾਮਲਾਟ ਜ਼ਮੀਨਾਂ ਲੱਭਣ ਲਈ ਮੁਹਿੰਮ ਹਰੰਭੀ ਗਈ ਸੀ ਇਸ ਮੁਹਿੰਮ ਨੂੰ ਸਚਾਰੂ ਟੰਗ ਨਾਲ ਚਲਾਉਣ ਲਈ ਵਕਰੇ ਸ਼ਾਮਲਾਟ ਸੈੱਲ ਦੀ ਸਥਾਪਨਾ ਕੀਤੀ ਗਈ ਸੀ ਹੁਣ ਤੱਕ ਇਸ ਮੁਹਿੰਮ ਦੇ ਦੌਰਾਨ 9390 ਏਕੜ ਤੋਂ ਵੱਧ ਜ਼ਮੀਨ ਤੋਂ ਨਜਾਇਜ਼ ਕਬਜ਼ੇ ਸ਼ੁਰੂਆਤ ਹੈ ਗਏ ਨੇ ਇਹ ਜਾਣਕਾਰੀ ਦਿੰਦਿਆਂ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਤਾਲੀਵਾਲ ਨੇ ਦੱਸਿਆ ਕਿ ਸ਼ਾਮਲਾਟ ਸੈੱਲ ਦੇ ਯਤਨਾ ਸਦਕਾ ਸ਼ਾਮਲਾਟ ਜ਼ਮੀਨਾਂ ਨਾਲ ਸੰਬੰਧਤ ਸਾਰੇ ਪੁਰਾਣੇ ਰਿਕਾਰਡ ਨੂੰ ਪੂਰੀ ਗਹਿਰਾਈ ਦੇ ਨਾਲ ਕੋਖਿਆ ਜਾ ਰਿਹਾ ਤੇ 153 ਬਲਾਕਾਂ ਦੀ ਸ਼ਾਮਲਾਟ ਜ਼ਮੀਨਦਾਰ ਰਿਕਾਰਡ ਕੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਉਹਨਾਂ ਨੇ ਦੱਸਿਆ ਕਿ ਵਿਭਾਗ ਹੁਣ ਤੱਕ 13000 ਜ਼ਮੀਨ ਦੀ ਇੱਕ 139820 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ ਜਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਾਲੀ ਕਰਵਾ ਦਿੱਤਾ ਜਾਵੇਗਾ 1 ਜਨਵਰੀ ਤੋਂ 81.35 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਮੁਫਤ ਰਾਸ਼ਨ ਕਿੰਨਾ ਮਿਲੇਗਾ ਅਨਾਜ ਕੋਵਿਡ ਮਹਾਮਾਰੀ ਤੋਂ ਬਾਅਦ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਯੋਜਨਾ ਦਾ ਲਾਭ ਦੇ ਰਹੀ ਹੈ ਜਿਸ ਸਮੇਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਤਹਿਤ 5 ਕਿਲੋ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਤੇ ਨਵੇਂ ਸਾਲ ਤੋਂ 1 ਸਾਲ ਲਈ 81.35 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਜੋ ਅੱਜ ਤੋਂ ਸ਼ੁਰੂ ਹੋ ਜਾਵੇਗਾ ਕੇਂਦਰ ਸਰਕਾਰ ਇੱਕ ਜਨਵਰੀ ਤੋਂ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਦਸੰਬਰ 2023 ਤੱਕ ਕਰੋੜਾਂ ਲੋਕਾਂ ਨੂੰ ਮੁਫਤ ਰਾਸ਼ਨ ਦਾ ਲਾਭ ਦੇਵੇਗੀ ਖੁਰਾਕ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ 1 ਜਨਵਰੀ ਤੋਂ 31 ਦਸੰਬਰ 2023 ਤੱਕ ਸਾਰੇ ਐਨਐਫਐਸ ਦੇ ਲਾਭਪਾਤਰੀਆਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਤੇ ਕੋਈ ਫੀਸ ਨਹੀਂ ਲਵੇਗੀ ਇਸ ਲਈ ਕੇਂਦਰ ਸਰਕਾਰ ਨੇ 2023 ਲਈ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਫੂਡ ਸਬਸਿਡੀ ਕੈਨ ਨਹੀਂ ਪਾਵੇਗੀ ਨਵੇਂ ਸਾਲ ਨੂੰ ਭਗਵੰਤ ਮਾਨ ਸਰਕਾਰ ਦਾ پلان ਖੁੱਲਣਗੇ 500 ਹੋਰ ਮੁਹੱਲਾ ਕਲੀਨਿਕ 2100 ਪੁਲਿਸ ਮੁਲਾਜ਼ਮਾਂ ਦੀ ਹੋਵੇਗੀ ਭਰਤੀ ਸਿਹਤ ਤੇ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕੰਮ ਕਰੇਗੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 26 ਜਨਵਰੀ ਤੱਕ 500 ਮੁਹੱਲਾ ਕਲੀਨਿਕਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਦਵਾਈਆਂ ਤੇ ਮੈਡੀਕਲ ਟੈਸਟ ਦੀ ਸਹੂਲਤ ਮਿਲੇਗੀ। ਪੰਜਾਬ ਸਰਕਾਰ ਨੇ ਇਸ ਲਈ ਪਿੰਡੂ ਤੇ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਤੇ ਨਵੇਂ 85 ਡਾਕਟਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਪੰਜਾਬ 'ਚ 100 ਮੁਹੱਲਾ ਕਲੀਨਿਕ ਚੱਲ ਰਹੇ ਨੇ ਇੱਕ ਮੁਹੱਲਾ ਕਲੀਨਿਕ ਪਿੰਡ ਅਤੇ ਕਸਬਿਆਂ ਦੇ ਵਿੱਚ ਸਥਿਤ ਪੀ ਐਚ ਸੀ ਤੋਂ ਪਹਿਲਾਂ ਤੋਂ ਮੌਜੂਦ ਭਵਨਾਂ ਵਿੱਚ ਗੋਲੇ ਜਾਣਗੇ ਨਵੇਂ ਉਪਕਰਨ ਤੇ ਬੁਨਿਆਦੀ ਢਾਂਚੇ ਨਾਲ ਇਹਨਾਂ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਪੰਜਾਬ ਦੀਆਂ ਸਾਰੀਆਂ 521 ਪੀ ਐਚ ਸੀ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਪਹਿਲਾਂ ਖੋਲੇ ਜਾ ਚੁੱਕੇ 100 ਕਲੀਨਿਕਾਂ ਵਿੱਚ ਰੋਜ਼ਾਨਾ 7000 ਮਰੀਜ਼ ਤੇ 42 ਬੁਨਿਆਦੀ ਲੈਬ ਟੈਸਟ ਸਣੇ ਸੇਤ ਸਹੂਲਤਾਂ ਦਾ ਫਾਇਦਾ ਲੈ ਰਹੇ ਨੇ ਸਿੱਖਿਆ ਮੰਤਰੀ ਵੱਲੋਂ ਮੈਰੀਟੋਰੀਅਸ ਸਟਾਫ ਨੂੰ ਵਿਭਾਗ ਵਿੱਚ ਪੱਕਾ ਕਰਨ ਦਾ ਫੈਸਲਾ ਪਰੂਸਾ ਮੈਰੀਟੋਰੀਅਸ ਸਕੂਲਾਂ ਵਿੱਚ ਤੇ ਸਟਾਫ ਵੱਲੋਂ ਪੰਜਾਬ ਪਵਨ ਵਿੱਚ ਸਿੱਖਿਆ ਮੰਤਰੀ ਹਰਜੂਤ ਬੈਂਸ ਨਾਲ ਮੀਟਿੰਗ ਪਲਾਨ ਕੀਤੀ ਗਈ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਸਾਰਾ ਹੀ ਅਮਲਾ ਸ਼ਾਮਲ ਸੀ ਇਸ ਵਿੱਚ ਮੁੱਖ ਮੰਗਾਂ ਦੇ ਚਰਚਾ ਕੀਤੀ ਗਈ ਯੂਨੀਅਨ ਆਗੂਆਂ ਵੱਲੋਂ ਹਰ ਵਾਰ ਦੀ ਤਰ੍ਹਾਂ ਆਪਣੀ ਸਾਰੀ ਗੱਲ ਵਿਸਥਾਰ ਨਾਲ ਦੱਸੀ ਗਈ 2014 ਤੋਂ ਇਹ ਸਕੂਲ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਨੇ ਅਕਾਲੀ ਸਰਕਾਰ ਤੋਂ ਲੈ ਕੇ ਆਪ ਸਰਕਾਰ ਤੱਕ ਹਰ ਮੰਤਰੀ ਤੱਕ ਪਹੁੰਚ ਕੀਤੀ ਗਈ ਪਰ ਕਿਸੇ ਵੀ ਮੰਤਰੀ ਸਹਿਬਾਨ ਵੱਲੋਂ ਸੰਤੁਸ਼ਟੀ ਜਨਕ ਉੱਤਰ ਨਹੀਂ ਦਿੱਤੇ ਗਏ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਮੀਟਿੰਗ ਜੋ ਕਿ 2018 ਤੋਂ ਵੀ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਤੋਂ ਬੇਸਿਕ ਪੇ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਕਲਿੱਕ ਕਾਰਵਾਈ ਕੀਤੀ ਗਈ ਪਰ ਉਸ ਦੇ ਬਾਵਜੂਦ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਯੂਕਰੇਨ جنگ ਲੜਨ ਵਾਲੇ ਰੂਸੀ ਫੌਜੀ ਐਂਟਰੀ ਕ腐ਸ਼ਨ ਕਾਨੂੰਨ ਤੋਂ ਬਾਹਰ ਨਹੀਂ ਦੇਣਾ ਹੋਵੇਗਾ ਇਨਕਮ ਟੈਕਸ ਰੂਸ ਆਪਣੇ ਫੌਜੀਆਂ ਨੂੰ ਯੂਕਰੇਨ ਵਿਜੋਧ ਵਿੱਚ ਹਿੱਸਾ ਲੈਣ ਨੂੰ ਲੁਭਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਰੂਸ ਨੇ ਐਲਾਨ ਕੀਤਾ ਕਿ ਯੂਕਰੇਨ ਖਿਲਾਫ جنگ ਲੜ ਰਹੇ ਸੈਨਿਕਾਂ ਤੇ ਹੋਰ ਕਰਮਚਾਰੀਆਂ ਨੂੰ ਹੁਣ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਇਸ ਦਨ ਨਾਲ ਹੀ ਸਰਕਾਰ جنگ ਵਿੱਚ ਮਨੁੱਖੀ ਵਾਲਾ ਵਿਵਾਰ ਕਰਨ ਵਾਲੇ ਫੌਜੀਆਂ ਨੂੰ ਤੋਹਫੇ ਵੀ ਦਵੇਗੀ ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ ਤੋਂ ਆਸਟ੍ਰੇਲੀਆ ਤੇ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਹੈ ਚੀਨ ਹਾਂਗਕਾਂਗ ਤੇ ਮਕਾਉ ਦੇ ਯਾਤਰੀਆਂ ਨੂੰ। ਆਸਟ੍ਰੇਲੀਆ ਤੇ ਕੈਨੇਡਾ ਦੇ ਲਈ ਉਡਾਣ ਉਡਾਣਾਂ ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਹੈ। ਪਵੇਗੀ ਜੋ 2 ਦਿਨ ਤੋਂ ਬਾਅਦ ਪੁਰਾਣੀ ਨਹੀਂ ਹੋਣੀ ਚਾਹੀਦੀ ਯਾਤਰੀਆਂ ਨੂੰ 네ਗੇਟਿਵ ਰਿਪੋਰਟ ਤੋਂ ਬਾਅਦ ਹੀ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 5 ਜਨਵਰੀ ਤੋਂ ਚੀਨ, ਹਾਂਗਕਾਂਗ ਤੇ ਮਕਾਉ ਤੋਂ ਆਉਣ ਵਾਲੇ 2 ਸਾਲ ਦੇ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ 네ਗੇਟਿਵ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਹੋਵੇਗੀ। ਯੂਗਾਂਡਾ ਦੇ ਸ਼ੌਪਿੰਗ ਮਾਲ 'ਚ ਮੱਚੀ ਪਗੜੜ 9 ਲੋਕਾਂ ਦੀ ਮੌਤ ਨਵੇਂ ਜਸ਼ਨ ਦੇ ਨਵੇਂ ਸਾਲ ਦੇ ਜਸ਼ਨ ਲਈ ਇਕੱਠੇ ਹੋਏ ਸਨ ਲੋਕ ਸੋ ਉਸ ਸਮੇਂ ਭਗਦੜ ਮੱਚ ਗਈ ਜਦੋਂ ਲੋਕ ਅਸ਼ਟਵਾਦੀ ਦੇਖਣ ਲਈ ਨਿਕਲੇ ਯੂਗਾਂਡਾ ਦੇ ਇੱਕ ਸ਼ਾਪਿੰਗ ਮਾਲ 'ਚ ਐਤਵਾਰ ਨੂੰ ਅਚਾਨਕ ਭਗਦੜ ਮੱਚ ਗਈ ਨੌ ਲੋਕਾਂ ਦੀ ਮੌਤ ਹੋ ਗਈ ਜੀ ਕੰਪਾਲਾ ਦੇ ਫਰੀਡਮ ਸਿਟੀ ਮਾਲ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਇਕੱਠੇ ਹੋਏ ਜਦੋਂ ਭਗਦੜ ਮੱਚ ਗਈ ਲੋਕ ਆਤਿਸ਼ਬਾਜ਼ੀ ਦੇਖਣ ਲਈ ਨਿਕਲੇ ਜਿਸ ਵਿੱਚ ਲੋਕਾਂ ਦੀ ਮੌਤ ਹੋ ਗਈ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਨਵੇਂ ਸਾਲ ਤੁਹਾਨੂੰ ਮੁਬਾਰਕ 2022 ਨੇ ਸਾਡਾ ਪੁੱਤ ਸਾਥ ਖੋ ਲਿਆ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਦਾ ਵੱਡਾ ਬਿਝਾਨ ਮਾਨਸਾ ਦੇ ਵਿੱਚ ਕੱਲ ਲੋਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਸਨ ਸ਼ੁਭਦੀਪ ਦੀ ਕਾਟ ਮਹਿਸੂਸ ਕਰ ਰਹੇ ਸਨ ਸਾਰੇ ਇਹੋ ਗੱਲ ਕਹਿ ਰਹੇ ਸਨ ਕਿ 2022 ਵਿੱਚ ਸ਼ੁਭਦੀਪ ਦਾ ਕਤਲ ਹੋ ਗਿਆ ਸੀ ਸਾਨੂੰ 7 ਮਹੀਨੇ ਇਨਸਾਫ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਨਾਮ ਲੈ ਕੇ ਵੀ ਥੱਕ ਗਏ ਹਾਂ ਪਰ ਕੀ ਕਰਾਂਗੇ ਨਾਮ ਲੈ ਕੇ ਅਸੀਂ ਥੇ ਬਾਈ ਨੇਮ ਨਾਮ ਤੇ ਰਿਟਰਨ ਦੇ ਵਿੱਚ ਲੈ ਚੁੱਕੇ ਆ ਪਰ ਸਰਕਾਰ ਨੇ ਉਹਨਾਂ ਤੇ ਕੋਈ ਦੋ ਸ਼ਬਦ ਵੀ ਨਹੀਂ ਬੋਲੇ ਅੰਦਰ ਉਹ ਤਾਂ ਬਹੁਤ ਚੀਜ਼ ਉੱਠਦੀ ਆ ਪਰ ਬੋਲੀਆ ਕੀ ਇਤਿਹਾਸਿਕ ਕਿਲੇ ਗੋਬਿੰਦਗੜ੍ਹ 'ਚ ਹੋਇਆ ਹੰਗਾਮਾ ਸਿੱਖ ਜਥੇਬੰਦੀਆਂ ਨੇ ਕੀਤੀ ਸਰਕਾਰ ਦੇ ਦਿੰਦਾ ਅਮਰਤਸਰ ਦੇ ਇਤਿਹਾਸਿਕ ਕਿਲੇ ਗੋਬਿੰਦਗੜ੍ਹ 'ਚ ਮਾਹੌਲ ਕਾਫੀ ਤਣਾਅਪੂਰਨ ਹੈ ਜਾਣਕਾਰੀ ਦੇ ਮੁਤਾਬਕ ਅਮਰਤਸਰ ਦੇ ਇਤਿਹਾਸਿਕ ਕਿਲਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਸਮੇ ਦਾ ਹੈ ਉਸ ਨੂੰ ਕਿਲਾ ਗੋਬਿੰਦਗੜ੍ਹ ਦਾ ਨਾਮ ਦਿੱਤਾ ਗਿਆ ਜਿਸ ਸੰਬੰਧੀ ਪਤਾ ਲੱਗਾ ਕਿ 31 ਦਸੰਬਰ ਨੂੰ ਇੱਥੇ ਸ਼ਰਾਬ ਅਤੇ ਮੀਟ ਦੀ ਵਰਤੋਂ ਕੀਤੀ ਗਈ ਇਸ ਸੰਬੰਧੀ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਉਹਨਾਂ ਨੇ ਪੰਜਾਬ ਸਰਕਾਰ ਦੀ ਇਸ ਸੰਬੰਧੀ ਸਖਤ ਸ਼ਬਦਾਂ ਦੇ ਵਿੱਚ ਸਖਤ ਨਿੰਦਾ ਕੀਤੀ 10ਵੀਂ ਪਾਸ ਹੋ ਨੌਜਵਾਨਾਂ ਲਈ ਰੇਲਵੇ ਦੇ ਵਿੱਚ ਨੌਕਰੀ ਦਾ ਸੁਨਹਿਰੀ ਮੌਕਾ ਇਸ ਵੈੱਬਸਾਈਟ ਤੇ ਕਰੋ ਅਪਲਾਈ ਉਨਾ ਉਮੀਦਵਾਰਾਂ ਲਈ ਇੱਕ ਚੰਗਾ ਮੌਕਾ ਹੈ ਜੋ ਰੇਲਵੇ ਦੇ ਵਿੱਚ ਨੌਕਰੀ ਦੀ ਪਾਲ ਕਰ ਰਹੇ ਨੇ ਕੇਂਦਰੀ ਰੇਲਵੇ ਨੇ ਵੱਖ-ਵੱਖ ਖੋਦਿਆਂ ਤੇ ਭਰਤੀਆਂ ਕੱਢੀਆਂ ਹਨ ਇਸ ਨਾਸਾਮੀ ਵਾਲੀ ਅਰਜੀ ਪ੍ਰਕਿਰਿਆ 15 ਦਸੰਬਰ 2022 ਤੋਂ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਅਰਜੀ ਦੀ ਆਖਰੀ ਮਿਤੀ 15 ਦਸੰਬਰ ਤੋਂ 15 ਜਨਵਰੀ 2023 ਤੱਕ ਕੀਤੀ ਗਈ ਹੈ ਪੰਜਾਬ ਵੈਦਰ ਅਰਜੀ ਮੋੜ ਪਵੇਗੀ ਸੰਗਣੀ ਤੁੰਦ 40 ਡਿਗਰੀ ਤੱਕ ਡਿੱਗ ਸਕਦਾ ਰਾਤ ਦਾ ਤਾਪਮਾਨ ਔਰੰਜ ਅਲਰਟ ਜਾਰੀ ਕਰ ਦਿੱਤਾ ਹੈ ਕਿ ਜੀ ਪੰਜਾਬ ਹਰਿਆਣਾ ਤੋਂ 3 ਦਿਨਾਂ ਦੀ ਰਾਹਤ ਤੋਂ ਬਾਅਦ ਕਿੜਾਕੇ ਦੀ ਸਰਦੀ ਮੁੜ ਪਰਤ ਆਵੇਗੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ orange alert ਜਾਰੀ ਕੀਤਾ ਰਾਤ ਦਾ ਤਾਪਮਾਨ 4 ਡਿਗਰੀ ਤੱਕ ਡਿੱਗ ਸਕਦਾ ਹੈ ਇਸ ਦੇ ਨਾਲ ਹੀ ਸ਼ੀਤ ਲਹਿਰ ਦਾ ਪ੍ਰਕੋਪ ਵਧੇਗਾ ਸੰਗਣੀ ਧੁੰਦ ਕਈ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਇੱਕ ਜਾਂ ਦੋ ਖੇਤਰਾਂ ਵਿੱਚ ਵਿਜ਼ਿਬਿਲਟੀ 0 ਤੋਂ 20 ਮੀਟਰ ਤੱਕ ਰਿਕਾਰਡਡ ਕੀਤੇ ਜਾਣ ਦੀ ਉਮੀਦ ਹੈ ਉਧਰ ਚੰਡੀਗੜ੍ਹ ਦੇ ਵਿੱਚ ਵੀ ਤਾਪਮਾਨ ਹੋ ਡਿੱਗੇਗਾ ਦੇਸ਼ ਦੇ ਵਿੱਚੋਂ ਜਲਦੀ ਖਤਮ ਹੋ ਸਕਦਾ ਫਾਸਟ ਟੈਗ ਤੋਂ ਟੋਲੇ ਇਕੱਠਾ ਕਰਨ ਦਾ ਸਿਸਟਮ ਜਾਮ ਤੋਂ ਮਿਲੇਗਾ ਸ਼ੁਤਕਾਰਾ ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ਤੇ ਜਲਦੀ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਜੇ ਦੇਸ਼ ਦਾ ਹਰ ਰਾਸ਼ਟਰੀ ਰਾਜਮਾਰਗ ਤੇ ਫਾਸਟ ਟੈਗ ਤੋਂ ਟੂਲ ਟੈਕਸ ਲੈਣ ਦਾ ਕੰਮ ਕੀਤਾ ਜਾ ਰਿਹਾ ਪਰ ਜਲਦੀ ਹੀ ਇਸ ਲਈ ਇੱਕ ਨਵਾਂ ਤੇ ਆਸਾਨ ਤਰੀਕਾ ਦੇਖਣ ਨੂੰ ਮਿਲ ਸਕਦਾ ਸਰਕਾਰ ਕੈਮਰਾ ਦਾਤ ਟੂਲ ਕਲੈਕਸ਼ਨ ਸਿਸਟਮ ਲਾਗੂ ਕਰ ਸਕਦੀ ਹੈ ਜਿਸ ਦੇ ਤਹਿਤ ਗੱਡੀਆਂ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਆਟੋਮੈਟਿਕ ਕੱਟੇ ਜਾਣਗੇ ਭਾਰਤ ਵਿੱਚ 97% ਦੀ ਟੋਲ ਟੈਕਸ ਵਸੂਲੇ ਫਾਸਟ ਟੈਗ ਰਾਹੀਂ ਕੀਤੀ ਜਾਂਦੀ ਆ ਇਹ ਸਿਸਟਮ ਫਾਸਟ ਹੋਣ ਦੇ ਬਾਵਜੂਦ ਟੋਲ ਪਲਾਜ਼ਾ ਤੇ ਲੰਬਾ ਜਾਮ ਲੱਗਾ ਰਹਿੰਦਾ ਹੈ ਬਜਨੌਰ ਤੋਂ ਸਿੱਖ ਨੌਜਵਾਨਾਂ ਦੇ ਕੇਸਾਂ ਦੇ ਕਕਾਰਾਂ ਦੀ ਵਿਦਵਿਦੀ ਐਡਵੋਕੇਟ ਧਾਮੀ ਨੇ ਕੀਤੀ ਸਖਤ ਨਿੰਦਿਆ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਜਨੌਰ ਦੇ ਪਿੰਡ ਚੰਪਤਪੁਰ ਤੋਂ ਸਿੱਖ ਨੌਜਵਾਨ ਦੇ ਕੇਸਾਂ ਦੇ ਕਕਾਰਾਂ ਦੀ ਵਿਦਵੀ ਕਰਨ ਦੀ ਕਰੜੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਜੀ ਦੁੱਖ ਦੀ ਗੱਲ ਹੈ ਕਿ ਘੱਟ ਗਿਣਤੀ ਸਿੱਖਾਂ ਦੇ ਨਾਲ ਦੇਸ਼ ਦੇ ਅੰਦਰ ਵਧਦੀਆਂ ਹੋ ਰਹੀਆਂ ਨੇ ਅਨੁਸੂਚਿਤ ਜਾਤੀਆਂ ਪਛੜੀਆਂ ਛੜਣੀਆਂ ਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਲਈ ਕੀਤੇ ਜਾ ਰਹੇ ਨੇ ਵੱਡੇ ਉਪਰਾਲੇ ਡਾਕਟਰ ਬਲਜੀਤ ਕੌਰ ਦਾ ਵੱਡਾ ਬਿਆਨ ਅਗਲੀ ਵੱਡੀ ਖਬਰ ਅਜ ਫਰੂਜ਼ਪੁਰ ਜੇਲ੍ਹ ਚੋਂ ਜ਼ਬਰਦਸਤ ਗੈਂਗਵਾਰ ਗੈਂਗਸਟਰਾਂ ਵਿਚਾਲੇ ਖੂਨੀ ਝੜਪ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਫਰੂਜ਼ਪੁਰ ਤੋਂ ਜਿੱਤੇ ਕੇਂਦਰੀ ਜੇਲ੍ਹ ਦੇ ਵਿੱਚ ਹਾਈ ਸਿਕਿਉਰਿਟੀ ਜ਼ੋਨ ਚ ਗੈਂਗਸਟਰਾਂ ਦੀ ਲੜਾਈ ਹੋਣ ਦਾ ਸਮਾਚਾਰ ਹੈ ਸੋ ਇਸ ਦੌਰਾਨ ਹਵਾਲਾਤੀ ਅਮਿਤ ਚਾਂਬੀ ਤੇ ਇੱਕ ਹੋਰ ਕੈਦੀ ਹਰਪ੍ਰੀਤ ਸਿੰਘ ਜਗਮੀ ਹੋਗੇ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਸੰਗਰੂਰ ਤੋਂ ਨਵੇਂ ਸਾਲ ਤੇ ਮਿਲਣਗੇ ਸਿਆਸੀ ਪਾਰਟੀਆਂ ਦੇ ਦਫ਼ਤਰ ਮੁਕੰਮਲ ਪੀਜੀਆਈ ਸਰਕਾਰੀ ਗੁਰੂਗਰਾਣਾ ਕਰਨ ਲਈ ਗ੍ਰੰਥੀ ਤੇ ਤਿੰਨ ਦਰਵਾਜ਼ੇ ਸੋ ਜੀਨ ਦੀ ਰਾਸਤ ਰਾਸਤਾਨੀ ਕਿਹਾ ਜਾਂਦਾ। ਜ਼ਿਲ੍ਹਾ ਸੰਗਰੂਰ ਆਪਣੇ ਸਹੱਪਣ ਦੇ ਨਾਲ ਮਸ਼ਹੂਰ ਸੀ। ਵਿਸ਼ਵ ਪ੍ਰਸਿੱਧ ਸੀ ਇਸ ਸੋਹਣਪਨੇ ਸ਼ਹਿਰ ਦੇ ਚਾਰ ਗੇਟ ਸੁਨਾਮੀ ਗੇਟ ਤੂਰੀ ਗੇਟ ਨਾਬਾ ਗੇਟ ਤੇ ਪਟਿਆਲਾ ਗੇਟ ਚਾਰ ਚੌਂਦ ਲਾਉਂਦੇ ਸਨ ਸਮਾਂ ਲੰਘਿਆ ਆਬਾਦੀ ਵਧਣ ਨਾਲ ਸ਼ਹਿਰ ਦੇ ਵਪਾਰੀ ਕਰਨ ਮਾਰਕੀਟਾਂ ਦੇ ਵਾਧੇ ਪ੍ਰਭਾਵ ਸਦਕਾ ਚਾਰੇ ਗੇਟਾਂ 'ਤੇ ਲੋਕ ਭੁਗੇ ਨੇ ਪਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਇੱਥੋਂ ਦੇ ਵਿਧਾਇਕ ਬਣੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘ ਲੰਨਰਿਆਸਤੀ ਸ਼ਹਿਰ ਦੀ ਦੇਖ ਸੁਧਾਰਨ ਦੇ ਮਨਸੇ ਤਹਿਤ ਚਾਰੇ ਗੇਟਾਂ ਨੂੰ ਮੁੜ ਤੋਂ ਮੀਰ ਕਰਨ ਦਾ ਵੱਡਾ ਉਦਮ ਵੰਡਿਆ ਕੋਧ ਮਹੀਨੇ ਬਾਅਦ ਹੋਣ ਜਾ ਰਹੀਆਂ ਨੇ ਨਗਰ ਨਿਗਮ ਚੂਣਾ ਆਮ ਆਦਮੀ ਪਾਰਟੀ ਲਈ ਸਖਤ ਪਰਖਿਆ ਸਰਕਾਰ ਦੀ ਸ਼ਕਤੀ ਦੇ ਬਾਵਜੂਦ ਤੜਲੇ ਨਾਲ ਵਕਰੀਆ ਦੀ ਚੀਨੀ ਡੋਰ ਆਖਰ ਲੁਧਿਆਣਾ ਪੁਲਿਸ ਨੇ ਕੀਤਾ ਪੱਟਾ ਐਕਸ਼ਨ ਦੁਕਾਨਾਂ ਦੇ ਉੱਪਰ ਸ਼ਰੇਆਮ ਡੋਰ ਵਕਰੀ ਹੈ ਲੁਧਿਆਣਾ ਪੁਲਿਸ ਵੱਲੋਂ ਪਾਬੰਦੀਸ਼ੁਦਾ ਚੀਨੀ ਡੋਰ ਦੀ ਵਿਕਰੀ ਰੋਕਣ ਲਈ ਵੱਡੇ ਪੱਧਰ ਤੇ ਮਹਿੰਮ ਚਲਾਈ ਜਾ ਰਹੀ ਹੈ ਚਾਰ ਜਣਿਆਂ ਨੂੰ ਕਾਬੂ ਕੀਤਾ ਤੇ ਵੱਡੀ ਮਾਤਰਾ ਦੇ ਵਿੱਚ 180 ਗੱਟੂ ਚੀਨੀ ਡੋਰ ਬਰਾਮਦ ਕੀਤੀ ਹੈ ਮਲੇਸ਼ੀਆ ਜਾਣਾ ਸੀ ਘੁੰਮਣ ਫਿਰ ਰਚਿਆ ਆਪਣੇ ਹੀ ਅਗਵਾ ਹੋਣ ਦਾ ਡਰਾਮਾ ਫਲਾਈਟ ਤੋਂ ਉਤਰ ਕੇ ਉਤਾਰ ਕੇ ਲਿਆਈ ਪੁਲਿਸ ਖਨੌਰੀ ਦੇ ਇੱਕ ਕਪੜਾ ਵਪਾਰੀ ਦੇ 25 ਸਾਲਾ ਲੜਕੇ ਨੇ ਮਲੇਸ਼ੀਆ ਜਾਣ ਲਈ ਆਪਣੇ ਹੀ ਅਗਵਾ ਹੋਣ ਦੀ ਕਹਾਣੀ ਰਚੀ ਕੜਨਾ ਕਲਾਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਨੂੰ ਬੇਟੇ ਦੇ ਮੋਬਾਈਲ ਤੋਂ 1 ਕਰੋੜ ਰੁਪਏ ਦੀ ਫਰੋਤੀ ਦਾ ਸਨੇਹਾ ਮਿਲਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਤੇ ਕਾਰਵਾਈ ਕਰਦੇ ਪੁਲਿਸ ਨੇ 2 ਘੰਟਿਆਂ ਦੇ ਅੰਦਰ ਮਲੇਸ਼ੀਆ ਜਾਣ ਵਾਲੀ ਫਲਾਈਟ ਤੋਂ ਨੌਜਵਾਨ ਨੂੰ ਦਿੱਲੀ 에ਰਪੋਰਟ ਤੋਂ ਬਰਾਮਦ ਕਰ ਲਿਆ ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਅੱਜ ਤੋਂ ਲਾਗੂ ਨਵੀਂ ਸ਼ਰਤ ਸੂਚੀ ਚੂਚੀਨ ਦੇ ਸਮੇਤ 6 ਦੇਸ਼ ਸ਼ਾਮਲ ਮਾਸਟਰ ਕੈਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ ਤੇ ਨਵੇਂ ਸਾਲ ਮੌਕੇ ਚੋਰਾ ਨੇ ਐਮਪੀ ਹਨੂਮਾਨ ਦੇ ਜੁੱਤੇ ਐਮਐਲਏ ਨਰਾਇਣ ਦੀ ਗੱਡੀ ਤੇ ਵਿੰਦਰਾ ਦੇ ਬੈਗ ਲੈ ਕੇ ਦਿੱਤਰ ਰਾਜਸਥਾਨ ਦੀ ਰਾਜਸਥਾਨੀ ਜੈਪੁਰ ਚੋਨਾਂ ਦਾ ਸਿਰਫ ਆਮ ਆਦਮੀ ਸਗੋਂ ਸੰਸਦ ਮੈਂਬਰ ਤੇ ਵਿਧਾਇਕ ਵੀ ਬਦਮਾਸ਼ਾਂ ਦੇ ਨਿਸ਼ਾਨੇ ਦੇ ਨੇ ਬਾਜ਼ਾਰ ਦੇ ਵਿੱਚੋਂ ਜੁੱਤੀਆਂ ਗੱਡੀ ਤੇ ਇੰਦਰਾ ਦਾ ਬੈਗ ਲੈ ਕੇ ਚੋਰ ਤਿੱਤਰ ਹੋ ਗਏ ਨੇ ਲੋਕ ਮੇਰੀ ਦਾਦੀ ਨੂੰ ਵੀ ਗੁੰਗੀ ਗੋਡੀਆਂ ਕਹਿੰਦੇ ਸਨ ਕਹਿ ਲੈਣ ਤੋਂ ਪੱਪੂ ਸੋ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਤੇ ਸੀਐਮ ਚੰਨੀ ਦੀਆਂ ਮੁਸ਼ਕਲਾਂ